ਕੋਈ ਵੀ ਕੋਈ ਵਿਚਾਰ ਹੁੰਦੇ ਆ ਜਰੂਰ ਸਾ ਮੈਂ ਸਾਂਝੇ ਕਰ ਲਿਆ ਕਰੋ ਅਗਰ ਸਾਡੀ ਵੀਡੀਓ ਦੇਖ ਕੇ ਕਿਸਦਾ ਕੋਈ ਫਾਇਦਾ ਹੁੰਦਾ ਮੈਂ ਕਹੂੰਗਾ ਕਿ ਯੂ ਨੀਡ ਟੂ ਪੈਸ ਇਟ ਫੋਰਵਰਡ ਲਾਈਕ ਯੂ ਨੀਡ ਟੂ ਹੈਲਪ ਸੰਬਡੀ ਐਲਸ ਓਕੇ ਤੁਸੀਂ ਕਿਸੇ ਹੋਰ ਦੀ ਵੀ ਜੋ ਹੈਲਪ ਆ ਤੁਸੀਂ ਜਰੂਰ ਕਰਨੀ ਆ ਲਓ ਜੀ ਹੁਣ ਮੈਂ ਗੱਲ ਕਰਦੀ ਆ ਕਿ ਸਾਡੇ ਬਹੁਤ ਸਾਰੇ ਪਰਿਵਾਰ ਸਟਰਗਲ ਕਰ ਰਹੇ ਆ ਇਸ ਵੇਲੇ ਅਮਰੀਕਾ ਦੇ ਵਿੱਚ ਸਾਨੂੰ ਸਾਡੇ ਬਹੁਤ ਸਾਰੇ ਬਿਜ਼ਨੈਸਸ ਨੂੰ ਫਰਕ ਪੈ ਰਿਹਾ ਹੈਗਾ ਸਾਡੇ ਲੋਕਾਂ ਨੂੰ ਫਰਕ ਪੈ ਰਿਹਾ ਸਾਡੇ ਪਰਿਵਾਰਾਂ ਨੂੰ ਫਰਕ ਪੈ ਰਿਹਾ ਸਾਡੇ ਸਕੂਲਾਂ ਨੂੰ ਫਰਕ ਪੈ ਰਿਹਾ ਸੋ ਹੁਣ ਅੱਜ ਜਿਹੜੀ ਬ੍ਰੇਕਿੰਗ ਖਬਰ ਸਾਡੇ ਕੋਲ ਮਾਨਯੋਗ ਬਾਈਡਨ ਸਾਹਿਬ ਨੇ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਆਉਣ ਲੱਗੀ ਆ ਅਗਲੇ ਬਹੁਤ ਵਾਰ ਨੂੰ ਜੋ ਸੌਂਚ ਚੱਕ ਸਮਾਂ ਤੋਂ ਬਾਅਦ ਜੋ ਨਵੀਂ ਸਰਕਾਰ ਅਮਰੀਕਾ ਦੀ ਬਣ ਲੱਗੀ ਆ ਉਹਨਾਂ ਨੇ 1.9 ਟ੍ਰਿਲੀਅਨ ਡਾਲਰ ਦਾ ਸਟਿਮੂਲਸ ਪਲਾਨ ਜੋ ਹੈਗਾ ਬਣਾਇਆ ਹੈਗਾ ਆ ਸੋ ਬਾਕੀ ਇਹਦੇ ਫਾਇਦੇ ਵੀ ਬਹੁਤ ਆ ਪਰ ਇਟ ਸੇਮ ਟਾਈਮ ਜਦੋਂ ਅਸੀਂ ਐਡੇ ਵੱਡੇ ਵੱਡੇ ਪੈਸੇ ਅਸੀਂ ਸਿੱਟਦੇ ਆ ਇਕਨੋਮੀ ਦੇ ਵਿੱਚ ਤਾਂ ਜੁੜੇ ਆਪਣਾ ਡੈਫਿਸਿਟ ਹੈ ਆਪਣੇ ਦੇਸ਼ ਦਾ ਅਮਰੀਕਾ ਦਾ ਉਹ ਵੀ ਵੱਧਦਾ ਹੈਗਾ ਪ੍ਰੈਸੂਲ ਇਸ ਜਿਹੜੀ ਆ ਸਰਕਾਰ ਹੈ ਉਹ ਸੋਚ ਰਹੀ ਆ ਕਿ ਆਪਾਂ ਨੂੰ ਆਪਣੀ ਇਕਨੋਮੀ ਦੇ ਵਿੱਚ ਪੈਸਾ ਸਟੜਨਾ ਪੈਣਾ ਆਪਣੀ ਇਕਨੋਮੀ ਨੂੰ ਸਟਰੋਂਗ ਕਰਨਾ ਪੈਣਾ ਜਿਵੇਂ ਆਪ ਨੂੰ ਪਤਾ ਹੈਗਾ ਏਕਸਕਿਊਜ਼ ਮੀ ਕਿ ਬਹੁਤ ਸਾਰੇ ਪਰਿਵਾਰ ਐਸ ਵਿਲ ਸਟਰਗਲ ਕਰ ਰਹੇ ਬਹੁਤ ਸਾਰੇ ਲੋਕ ਐਸ ਵਿਲ ਸਟਰਗਲ ਕਰ ਰਹੇ ਹੈਗੇ ਆ ਸੋ ਹੁਣ ਜਿਹੜਾ ਬਾਈਡਨ ਸਾਹਿਬ ਦਾ 1.9 ਟ੍ਰਿਲੀਅਨ ਸਟਿਮਲਸ ਪਲਾਨ ਜਿਹੜਾ ਉਹ ਅੱਜ ਰਿਲੀਜ਼ ਕੀਤਾ ਉਹ ਹੈਗਾ ਕੀ ਆ ਉਹਦੇ ਮੈਂ ਤੁਹਾਨੂੰ ਉਹਦਾ ਮੈਂ ਤੁਹਾਨੂੰ ਥੋੜਾ ਥੋੜਾ ਦੱਸਦਾ ਕਿ ਉਹ ਕੀ ਚੀਜ਼ ਆ ਉਹਨੂੰ ਮੈਂ ਮੋਟਾ ਮੋਟਾ ਦੱਸਦਾ ਉਹਦੇ ਵਿੱਚ ਕਿਹਾ ਗਿਆ ਕਿ ਆਲਮੋਸਟ 1400 ਡਾਲਰ ਦਾ ਜੋ ਚੈੱਕ ਹੈਗਾ ਓਕੇ ਅ ਡੈਫਨਿਟਲੀ ਅਬਾਊਟ 1400 ਡਾਲਰ ਪਰ ਪਰਸਨ ਇਟ ਕੁਡ ਗੋ ਅਪ ਟੂ 2000 ਡਾਲਰ ਓਕੇ ਉਹ ਕਹਿੰਦੇ ਆ ਕਿ ਛੇਤੀ ਛੇਤੀ ਆਪਣੀ ਇਕਨੋਮੀ ਨੂੰ ਸਟਿਮੂਲੇਟ ਕਰਨ ਲਈ ਛੇਤੀ ਛੇਤੀ ਆਪਣੀ ਇਕਨੋਮੀ ਅਮਰੀਕਾ ਦੇ ਉੱਤੇ ਚੱਕਣ ਦੇ ਲਈ ਲੋਕਾਂ ਦੇ ਹੱਥਾਂ ਦੇ ਵਿੱਚ ਛੇਤੀ ਛੇਤੀ ਪੈਸੇ ਦਿੱਤੇ ਜਾਣ ਇਟ ਕੁਡ ਬੀ ਐਨੀਵੇਅਰ ਫਰਮ 1400 ਡਾਲਰ ਟੂ 2000 ਡਾਲਰ ਪਰ ਪਰਸਨ ਆ ਜਿਹੜਾ ਸਟਿਮੂਲਸ ਪਲਾਨ ਆ ਉਹ ਕਹਿੰਦੇ ਆ ਕਿ ਆਪਾਂ ਇਹਨੂੰ ਪਾਸ ਆ ਆ ਪਲਾਨ ਦੇ ਵਿੱਚ ਆ ਪਲਾਨ ਦੇ ਵਿੱਚ ਹੋਊਗਾ ਤਬਾਕੀ ਉਹਨੇ ਗੱਲ ਕੀਤੀ ਹੈਗੀ ਆ ਕਿ ਜਿਹੜੇ ਲੋਕ ਅਨਪਲੋਏ ਆ ਜਿਹੜੇ ਲੋਕ ਜਿਹੜੇ ਲੋਕਾਂ ਦੀ ਜੌਬਾਂ ਲਾਸ ਹੋ ਗਈਆਂ ਜਾਂ ਅਨਪਲੋਏ ਲੋਕ ਹੋ ਗਏ ਅਮਰੀਕਾ ਦੇ ਉਹਨਾਂ ਨੂੰ 400 ਡਾਲਰ ਪਰ ਵੀਕ ਟੈਂਪੋਰਰੀ ਜਦ ਤੱਕ ਆਹ ਮਹਾਮਾਰੀ ਚੱਲ ਰਹੀ ਆ ਉਹਤਾ ਕਾ ਲੋਕਾਂ ਦੀ ਹੈਲਪ ਕਰਨ ਲਈ 400 ਡਾਲਰ ਉਹ ਲੋਕਾਂ ਨੂੰ ਦਿੱਤਾ ਜਾਊਗਾ ਐਟ ਦ ਸੇਮ ਟਾਈਮ ਜਿਹੜੇ ਇਸ ਵੇਲੇ ਸਾਡੇ ਬਹੁਤ ਸਾਰੇ ਮੈਨੂੰ ਇਸ ਵੇਲੇ ਸਾਡੇ ਦੋਸਤ ਮਿੱਤਰ ਬਿਜ਼ਨਸ ਪੀਪਲ ਮੈਨੂੰ ਸੁਣ ਰਹੇ ਹਨ ਇਹਨਾਂ ਜੁੜੇ ਹੈਗੇ ਆ ਜਿਹੜੇ ਲੋਕਾਂ ਅਗਰ ਤੁਹਾਡੇ ਬਿਜ਼ਨੈਸਸ ਹੈਗੇ ਆ ਅਗਰ ਤੁਸੀਂ ਸਟਰਗਲ ਕਰ ਰਹੇ ਤਾਂ ਬਹੁਤ ਸਾਰੇ ਜਿਹੜੇ ਪੀਪੀਪੀ ਪਲਾਨਸ ਆ ਜਾਂ ਗ੍ਰਾਂਟਸ ਹੈਗੇ ਆ ਉਹਨਾਂ ਨੇ ਬਿਜ਼ਨੈਸਸ ਦੇ ਲਈ ਵੀ ਲੈ ਕੇ ਆਉਣੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰਾ ਜਿਹੜਾ ਪੈਸਾ ਹੈਗਾ ਉਹ ਅਮਰੀਕਾ ਦੀ ਇਕਨੋਮੀ ਦੇ ਵਿੱਚ ਉਹਨਾਂ ਨੇ ਪੰਪ ਅਪ ਕਰਦਾ ਹੈਗਾ ਆ ਤਾਂ ਬਾਕੀ ਸਪੈਸ਼ਲੀ ਸਕੂਲ ਬਹੁਤ ਇੰਪੋਰਟੈਂਟ ਹੈ ਜੀ ਮੈਂ ਆ ਗੱਲ ਕਰ ਸਕਦਾ ਕਿਉਂਕਿ ਮੈਂ ਖੁਦ ਇੱਕ ਐਜੂਕੇਟਰ ਹੈਗਾ ਮੈਂ ਖੁਦ ਇੱਕ ਟੀਚਰ ਹੈਗਾ ਆ ਦੇਖੋ ਜੀ ਜਿਹੜੇ ਸਕੂਲ ਆ ਹੁਣ ਤਾਂ ਪਤਾ ਲੱਗੇ ਗਿਆ ਹੁਣ ਸਾਰਿਆਂ ਨੂੰ ਕਿ ਕਿੰਨਾ ਸਕੂਲ ਓਪਨ ਹੋਣੇ ਕਿੰਨੇ ਇੰਪੋਰਟੈਂਟ ਆ ਕਿਉਂਕਿ ਸਾਰਾ ਬਿਜ਼ਨਸ ਸਕੂਲਾਂ ਦੇ ਸਿਰ ਤੇ ਖੜਾ ਕਿਉਂਕਿ ਬੱਚੇ ਸਕੂਲ ਪੜਨ ਜਾਊਗੇ ਤਾਂ ਮਾਂ ਫਿਰ ਆਪਣੇ ਕੰਮਾਂ ਤੇ ਜਾਊਗੇ ਤਾਂ ਸਾਰਾ ਜੋ ਸਾਰਾ ਜੋ ਜੰਤਰ ਮੰਤਰ ਤੰਤਰ ਹੈਗਾ ਉਹ ਸਕੂਲਾਂ ਦੇ ਸਿਰ ਤੇ ਹੀ ਚੱਲਦਾ ਬਾਕੀ ਇੱਕ ਆਪਣੇ ਆਪ ਨੂੰ ਐਜੂਕੇਟਿਡ ਸੁਸਾਇਟੀ ਮਿਲਦੀ ਹੈਗੀ ਆ ਸੋ ਬਾਈਡਨ ਸਾਹਿਬ ਨੇ ਕਿਹਾ ਕਿ ਅਸੀਂ ਬਹੁਤ ਸਾਰਾ ਜਿਹੜਾ ਪੈਸਾ ਹੈਗਾ ਉਹ ਆਪਣੇ ਸਕੂਲਾਂ ਨੂੰ ਰੀਓਪਨ ਕਰਨ ਲਈ ਤਾਂ ਸਕੂਲਾਂ ਨੂੰ ਹੋਰ ਵਧੀਆ ਬਣਾਉਣ ਦੇ ਲਈ ਉਹਦੇ ਵਿੱਚ ਸਕੂਲਾਂ ਦੀ ਇਨਵੈਸਟਮੈਂਟ ਦੇ ਲਈ ਵੀ ਜੋ ਸਟਿਮੂਲਸ ਜਿਹੜਾ 1.9 ਟ੍ਰਿਲੀਅਨ ਡਾਲਰ ਦਾ ਜਿਹੜਾ ਆ ਰਿਹਾ ਉਹ ਕਹਿੰਦੇ ਅਸੀਂ ਇਨਵੈਸਟ ਕਰਾਂਗੇ ਲੋ ਜੀ ਜਿਹੜੇ ਲੋਕ ਜਿਹੜੇ ਲੋਕ ਮਿਨਿਮਮ ਵੇਜ ਤੇ ਕੰਮ ਕਰਦੇ ਹੋਏ ਬਹੁਤ ਸਾਰੇ ਸਾਡੇ ਲੋਕ ਸਟੋਰਾਂ ਦੇ ਉੱਤੇ ਜਾਂ ਰੈਸਟੋਰੈਂਟਾਂ ਤੇ ਮਿਨਿਮਮ ਵੇਜ ਤੇ ਕੰਮ ਕਰਦੇ ਆ ਜਿਹੜਾ ਮਿਨਿਮਮ ਵੇਜ ਆ ਉਹ ਕਹਿੰਦੇ ਅਸੀਂ 15 ਡਾਲਰ ਤੱਕ ਅਸੀਂ ਲੈ ਕੇ ਜਾਣਾ ਤਾਂ ਬਾਕੀ ਇਹਦੇ ਵਿੱਚ ਬਰਨੀ ਸੈਂਡਰ ਦਾ ਬਹੁਤ ਵੱਡਾ ਹੱਥ ਆ ਕਿਉਂਕਿ ਉਹਨਾਂ ਦੀ ਜਿਹੜੀ ਪਾਰਟੀ ਆ ਉਹਨਾਂ ਨੇ ਉਹਨਾਂ ਨੇ ਬਹੁਤ ਆ ਰੋਲਾ ਜਾਲ ਪਾਇਆ ਸੀ ਕਿ ਵੀ ਜਿਹੜਾ ਮਿਨਿਮਮ ਵੇਜ ਆ ਦੇਖੋ ਆਪਣੇ ਖਰਚੇ ਵਧ ਰਹੇ ਆ ਲੋਕਾਂ ਦੇ ਯੂ نو ਲਿਵਿੰਗ ਸਪੈਸਸ ਦੈਨ ਬਾਦਰ ਰਹੀਆਂ ਸੋ ਮਿਨਿਮਮ ਵੇਜ ਵਧਾਇਆ ਜਾਵੇ ਸੋ ਜਿਹੜਾ ਮਿਨਿ ਉਹ ਹੁਣ 15 ਡਾਲਰ ਤੱਕ ਜਾ ਸਕਦਾ ਹੈਗਾ ਮੋਸਟ ਲਾਈਕਲੀ ਜਾਊਗਾ ਆ ਤਬਾਕੀ ਜਿਹੜੇ ਸਾਡੇ ਲੋਕਲ ਆਪਣੇ ਲੋਕਲ ਲੈਵਲ ਤੇ ਸ਼ਹਿਰ ਹੈਗੇ ਆ ਆਪਣੀਆਂ ਸਟੇਟਾਂ ਹੈਗੀਆਂ ਉਹਨਾਂ ਨੂੰ ਵੀ ਜੋ ਸਪੈਸ਼ਲ ਜੋ ਗ੍ਰਾਂਟਸ ਆ ਜੋ ਲੋਨਸ ਆ ਯੂ نو ਬੜੀਆ ਬਰੌਂਡ ਲਈ ਸਟੇਟਾਂ ਨੂੰ ਤਾਂ ਸ਼ਹਿਰਾਂ ਨੂੰ ਉਹ ਵੀ ਪੈਸੇ ਜੋ ਦਿੱਤੇ ਜਾਣਗੇ ਤਾਂ ਬਾਕੀ ਆ ਉਹ ਕਹਿੰਦੇ ਆ ਕਿ ਆਪਣੀ ਜਿਹੜੀ ਹੁਣ ਨਵੀਂ ਦਵਾਈ ਤੁਹਾਨੂੰ ਪਤਾ ਚੱਲੀ ਆ ਜਿਹੜੀ ਹੁਣ ਦਵਾਈ ਆਈ ਆ ਜੋ ਆਹ ਮਹਾਮਾਰੀ ਤੋਂ ਬਚਣ ਵਾਲੀ ਦਵਾਈ ਆ ਉਹਦੇ ਲਈ ਵੀ ਇਹਨਾਂ ਨੇ ਕਿੰਨੇ ਹੀ ਬਿਲੀਅਨ ਡਾਲਰ ਆਲਮੋਸਟ 160 ਡਾਲਰ ਜਿਹੜਾ ਹੈਗਾ ਉਹ ਅਮਰੀਕਾ ਦੀ ਇਕਨੋਮੀ ਦਾ ਸੱਤਣਾ ਤਾਂ ਕਿ ਹਰੇਕ ਨੂੰ ਜੋ ਟੀਕਾ ਹੈਗਾ ਉਹ ਫ੍ਰੀ ਲੱਗੇ ਉਹ ਕਹਿੰਦਾ ਕਿ ਜਿੰਨੇ ਵੀ ਲੋਕ ਅਮਰੀਕਾ ਦੇ ਵਿੱਚ ਉਹ ਮਹਾਮਾਰੀ ਤੋਂ ਬਚਣ ਲਈ ਟੀਕਾ ਲਵਾਉਂਦੇ ਆ ਤਾਂ ਉਹਨਾਂ ਦੀ ਉਹ ਫ੍ਰੀ ਹੋਣੀ ਚਾਹੀਦੀ ਹੈ ਸੋ ਉਹਦੇ ਲਈ ਵੀ ਉਹ ਪੈਸੇ ਦੇ ਰਹੇ ਆ ਆ ਤਾਂ ਬਾਕੀ ਅਗਰ ਜਿਹੜੀ ਪੇਡ ਲੀਵ ਆ ਜਿੱਦਾਂ ਹੁਣ ਕੇਵਲ ਫੈਮਲੀ ਵਿੱਚ ਕੋਈ ਸਿਕ ਸਿਕ ਹੋ ਜਾਂਦਾ ਬਿਮਾਰ ਹੋ ਜਾਂਦਾ ਜਾਂ ਤੁਹਾਨੂੰ ਆਪਣੇ ਬੱਚੇ ਦੀ ਜਾਂ ਆਪਣੇ ਫੈਮਲੀ ਮੈਂਬਰ ਦੀ ਟੇਕਰ ਕਰਨੀ ਪੈਂਦੀ ਆ ਜਾਂ ਤੁਹਾਡੇ ਘਰ ਵਿੱਚ ਨਵਾਂ ਜੀ ਆਉਂਦਾ ਤਾਂ ਉਹ ਕਹਿੰਦੇ ਕਿ ਫੈਮਿਲੀ ਜਿਹੜੀ ਲੀਵ ਹੈਗੀ ਆ ਇਟ ਕੁਡ ਗੋ ਅਪ ਟੂ 14 ਵੀਕਸ ਸੋ ਆਲਮੋਸਟ 14 ਜਿਹੜੇ ਵੀਕ ਹੈਗੇ ਆ ਸੋ ਦਾਸ ਰਫਲੀ ਆ ਸਾਢੇ 3 ਮਹੀਨੇ ਯੂ نو ਸਾਢੇ 3 ਮਹੀਨੇ ਦੀ ਛੁੱਟੀ ਜੋ ਆ ਤੁਸੀਂ ਪੇਡ ਲੀਵ ਦੀ ਤਾਂ ਤੁਸੀਂ ਲੈ ਸਕਦੇ ਆ ਤਾ ਬਾਕੀ ਮੋਟੀ ਮੋਟੀ ਜਿਹੜਾ ਸਟਿਮੂਲਸ ਆਹ ਪਲਾਨ ਆਇਆ ਹੈਗਾ 1.9 ਟ੍ਰਿਲੀਅਨ ਦਾ ਇਹਦੇ ਬਾਰੇ ਬਹੁਤ ਵੱਡੀ ਜਿਹੜੀ ਗੱਲ ਆ ਉਹ ਹੋ ਰਹੀ ਹੈਗੀ ਆ ਸੋ ਬਾਕੀ ਹੋਰ ਵੀ ਬਹੁਤ ਸਾਰੇ ਟੈਕਸ ਬੈਨੀਫਿਟਸ ਸਪੈਸ਼ਲੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਆ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਆ ਆ ਗੱਲ ਹੋ ਰਹੀ ਹੈਗੀ ਆ ਕਿ ਜਿਨ੍ਹਾਂ ਦੇ ਘਰ ਬੱਚੇ ਆ ਲਾਈਕ ਇਟ ਕੁਡ ਗੋ ਅਪ ਟੂ 8000 ਡਾਲਰਸ ਪਰ ਕਿਡ 4 ਟੂ 8000 ਡਾਲਰਸ ਸੋ ਸੋ ਆਈ ਥਿੰਕ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਬਟ ਐਟ ਦ ਸੇਮ ਟਾਈਮ ਯੂ نو ਐਟ ਦ ਸੇਮ ਟਾਈਮ ਜਿੱਦਾਂ ਹੁਣ ਐਨੇ ਐਨੇ ਆ ਪੈਸੇ ਪੰਪ ਅਪ ਕਰ ਰਹੇ ਆ ਇਕਨੋਮੀ ਦੇ ਵਿੱਚ ਪਰ ਚੇਤੇ ਰੱਖਣਾ ਕਿ ਆ ਡੈਫਿਸਿਟ ਆਪਣੇ ਦੇਸ਼ ਦਾ ਵੱਧ ਰਿਹਾ ਹੈਗਾ ਸੋ ਸੋ ਇਸ ਕਰਕੇ ਅ ਜਸਟ ਰਿਮੈਂਬਰ ਕੀ ਜਦੋਂ ਟੈਕਸ ਪੇ ਕਰਨ ਦਾ ਸਮਾਂ ਆਵੇ ਸਾਨੂੰ ਟੈਕਸ ਵੀ ਆਪਣੇ ਪੇ ਕਰਨੇ ਚਾਹੀਦੇ ਕੱਲੇ ਬੈਰਫੋਰਡ ਨਹੀਂ ਲੈਣੇ ਚਾਹੀਦੇ ਵੀ ਆਲਸੋ ਹੈਵ ਟੂ ਪੇਅਰ ਟੈਕਸਸ ਟੂ ਕਿਉਂਕਿ ਆਹ ਜਿਹੜੇ ਪੈਸੇ ਲੋਕਾਂ ਨੂੰ ਦਿੱਤੇ ਜਾ ਰਹੇ ਟੈਕਸ ਪੇਅਰ ਮਨੀ ਹੀ ਦਿੱਤੀ ਜਾ ਰਹੀ ਹੈ ਜੋ ਕਿ ਲੋਕ ਕੰਟ੍ਰਿਬਿਊਟ ਕਰਦੇ ਹੈਗੇ ਆ ਸੋ ਆਜੋ ਆਪਾਂ ਰਲ ਕੇ ਆਪਣੇ ਦੇਸ਼ ਨੂੰ ਆਪਣੇ ਅਮਰੀਕਾ ਨੂੰ ਆਪਾਂ ਵਧੀਆ ਬਣਾਈਏ ਤਾਂ ਬਾਕੀ ਮੈਂ ਦੱਸਣਾ ਚਾਹ ਰਾ ਕਿ ਕਿ ਤੁਸੀਂ ਆਪਣੇ ਬਸ ਮੈਂ ਆਹੀ ਮੈਂ ਤੁਹਾਨੂੰ ਗੱਲ ਕਰਨਾਂ ਕਿ ਯਾਰ ਆਪਣੇ ਹੌਸਲੇ ਤੁਸੀਂ ਬਲੰਦ ਰੱਖਿਓ ਕਿਉਂਕਿ ਮੈਨੂੰ ਪਤਾ ਕਿ ਪਿਛਲੇ 2020 ਵਿੱਚ ਬੀਬੀ ਤੋਂ ਜਦੋਂ ਦੀ ਆਪਣਾ ਸਾਰਾ ਅਮਰੀਕਾ ਤੇ ਸਾਰੀ ਦੁਨੀਆ ਬੰਦ ਹੋਈ ਆ ਆਪਣੇ ਯੂ نو ਆਈ ਥਿੰਕ ਆਪਾਂ ਚ ਥੋੜੀ ਜੀ ਐ ਐਕਸਾਈਟਮੈਂਟ ਯੂ نو ਦੂਰ ਜਾਂਦੀ ਦੂਰ ਜੀ ਭੱਜ ਰਹੀ ਆ ਆਪਾਂ ਤੋਂ ਉਹ ਜਿਹੜੀ ਐਕਸਾਈਟਮੈਂਟ ਇਹਨਾਂ ਨੂੰ ਵਾਪਸ ਲੈ ਕੇ ਆਓ ਹੁਣ 2121 ਆ ਮੈਂ ਤਾਂ ਕਹਿੰਦਾ ਰੋਜ਼ ਨਵਾਂ ਸਾਲ ਚੜਦਾ ਪਰ ਹੁਣ 2121 ਨਵਾਂ ਸਾਲ ਚੜ ਗਿਆ ਅਜੋ ਨਵੇਂ ਸਾਲ ਦੇ ਵਿੱਚ ਆਪਾਂ